ਫਾਜ਼ਿਲਕਾ ਪੁਲਿਸ ਨੇ ਕਾਊਂਟਰਫੀਟ ਕਰੰਸੀ ਦਾ ਰੈਕਟ ਜਿਹੜਾ ਹੈ ਉਹ ਬਸਟ ਹੋਇਆ, ਜਿਹਦੇ ਵਿੱਚ ਤਿੰਨ ਦੋਸ਼ੀ ਰਾਜ ਸਿੰਘ ਸਨ ਉਹ ਬਲਵੀਰ ਸਿੰਘ, ਮੱਖਣ ਸਿੰਘ ਸਨ ਉਹ ਸਜਵਰ ਸਿੰਘ ਅਤੇ ਫਲਕ ਸਿੰਘ ਸਨ ਉਹ ਕੁੰਦਨ ਸਿੰਘ ਜਿਹੜੇ ਹੈਗੇ ਨੇ ਉਹ ਸਦਰ ਜਲਾਲਾਬਾਦ ਪੁਲਿਸ ਨੇ ਅਰੈਸਟ ਕੀਤੇ ਨੇ। ਇਹਨਾਂ ਤੋਂ ਜਿਹੜੀ ਕਾਊਂਟਰਫੀਟ ਕਰੰਸੀ ਰਿਕਵਰ ਹੋਈ ਸੀ ਉੱਥੋਂ ਸਾਨੂੰ ਲੀਡ ਮਿਲੀ ਵੀ ਹਰਿਆਣੇ ਤੋਂ ਕਾਊਂਟਰਫੀਟ ਕਰੰਸੀ ਆ ਰਹੀ ਸੀਗੀ, ਜੋ ਕਿ ਹਰਿਆਣੇ ਤੋਂ ਸਾਡੀ ਪੁਲਿਸ ਨੇ ਰੇਡ ਕਰਕੇ ਉੱਥੇ ਸੰਦੀਪ ਕੁਮਾਰ ਸਨ ਆਫ ਕ੍ਰਿਸ਼ਨ ਕੁਮਾਰ ਅਤੇ ਸੰਦੀਪ ਸਿੰਘ ਸਨ ਆਫ ਸੁਭਾਸ਼, ਇਹ ਦੋ ਦੋਸ਼ੀਆਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕਰੀ, ਜਿੱਥੋਂ ਇਹ ਪਤਾ ਲੱਗਿਆ ਵੀ ਇਹ ਪੇਪਰਸ, ਕਰੰਸੀ ਪੇਪਰਸ ਅਰੇਂਜ ਕਰਵਾ ਕੇ ਉਹਨਾਂ ਦੇ ਉੱਤੇ ਹਾਈ ਕੁਆਲਿਟੀ ਪ੍ਰਿੰਟਰਸ ਦੇ ਨਾਲ ਪ੍ਰਿੰਟ ਕਰਵਾ ਕੇ ਪੰਜਾਬ ਦੇ ਵਿੱਚ ਸਰਕੂਲੇਟ ਕਰਦੇ ਸੀ। ਹੋਰ ਇਹਨਾਂ ਨੇ ਕਿੰਨਾ ਥਾਵਾਂ ਦੇ ਉੱਤੇ ਸਰਕੂਲੇਟ ਕਰਿਆ, ਇਸ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਜਾਰੀ ਕੀਤੀ ਹੈ। ਇਹਨਾਂ ਦੇ ਪ੍ਰਿੰਟਰ ਨੂੰ ਅਤੇ ਲੈਪਟੋਪ ਨੂੰ ਪੁਲਿਸ ਨੇ ਸੀਜ਼ ਕਰ ਲਿਆ। 32,000 ਕਰੰਸੀ ਨੋਟਸ, 5-5 ਸੌ ਜਿਹੜੇ ਸੀਗੇ ਉਹ ਰਿਕਵਰ ਹੋ ਚੁੱਕੇ ਨੇ, ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ। 32,000 ਤੋਂ ਇਲਾਵਾ ਇਹਨਾਂ ਨੇ ਕੁਝ ਪੈਟਰੋਲ ਪੰਪਸ ਦੇ ਉੱਤੇ ਜਾਲੀ ਕਰੰਸੀ ਚਲਾਈ ਸੀਗੀ, ਪਰ ਹਜੇ ਸਿਰਫ 3 ਦਿਨ ਹੀ ਹੋਏ ਸੀ ਇਹਨਾਂ ਨੂੰ ਜਾਲੀ ਕਰੰਸੀ ਹਰਿਆਣੇ ਤੋਂ ਜਿਹੜੇ ਲੈ ਕੇ ਆਏ ਨੂੰ। ਸੋ ਜਿੱਥੇ ਜਿੱਥੇ ਵੀ ਇਹ ਜਾਲੀ ਕਰੰਸੀ ਹਰਿਆਣੇ ਵਾਲਿਆਂ ਨੇ ਕਿਸੇ ਹੋਰ ਜਗ੍ਹਾ 'ਤੇ ਦਿੱਤੀ ਹੈ ਉਹ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆ ਜਾਊਗਾ, ਕਿਉਂਕਿ ਪ੍ਰਾਈਮ ਸੋਰਸ ਹੋ ਗਈ ਸੀ। ਇੱਕ ਸ਼ੋਪ ਹੈਗੀ ਹੈ ਸੰਦੀਪ ਕੁਮਾਰ ਐਲੀਅਸ ਦੀਪਕ ਸਨ ਆਫ ਸੁਭਾਸ਼, ਇਹਨਾਂ ਦੀ ਇੱਕ ਸ਼ੋਪ ਹੈ ਜਿਹੜੀ ਸ਼ੋਪ ਦੇ ਵਿੱਚ ਇਹ ਆਰਟ ਵਰਕ ਅਰੇਂਜ ਕਰਕੇ ਕਰੰਸੀ ਨੋਟਸ ਦਾ ਡਾਈ ਵਗੈਰਾ ਦੀ ਵਰਤੋਂ ਕਰਕੇ ਪ੍ਰਿੰਟਿੰਗ ਕਰਦਾ ਸੀਗਾ, ਅਤੇ ਉਹ ਆਪਣੀ ਫੋਟੋ ਸਟੇਟ ਦੀ ਸ਼ੋਪ ਦੇ ਬੈਕ ਸਾਈਡ ਦੇ ਉੱਤੇ ਉਹਨਾਂ ਨੇ ਪ੍ਰਿੰਟਰ ਲਾਇਆ ਹੋਇਆ ਸੀ ਜਿੱਥੋਂ ਇਹ ਇਹਨੂੰ ਪ੍ਰਿੰਟਿੰਗ ਕਰਦੇ ਸੀ। ਡਾਈ ਬੇਸਿਕਲੀ ਆਰਟ ਵਰਕ ਹੈ, ਡਿਜੀਟਲ ਆਰਟ ਵਰਕ ਹੁੰਦਾ ਜੀ, ਡਿਜੀਟਲ ਆਰਟ ਵਰਕ ਜਿਹੜਾ ਕਰੰਸੀ ਨੋਟਸ ਦਾ ਉਹ ਸਕੈਨ ਕਰਕੇ ਉਹਦੀ ਕੁਆਲਿਟੀ ਇਨਹੈਂਸ ਕਰਕੇ। ਮਾਸਟਰ ਮਾਈਂਡ ਕੌਣ ਹੈ ਜੀ ਇਸ ਕੇਸ ਦੇ? ਹੁਣ ਤੱਕ ਜਿਹੜਾ ਇਹਦਾ ਮੇਨ ਬੰਦਾ ਉਹ ਸੰਦੀਪ ਕੁਮਾਰ ਐਲੀਅਸ ਦੀਪਕ ਸਨ ਆਫ ਸੁਭਾਸ਼, ਇਹ ਬੰਦਾ ਮੇਨ ਹੈ। ਇਸ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ, ਜੇ ਕੋਈ ਇਹਨਾਂ ਨੂੰ ਰੋ ਮਟੀਰੀਅਲ ਕੌਣ ਪ੍ਰੋਵਾਈਡ ਕਰਦਾ ਜਾਂ ਟੈਕਨੀਕਲ ਸਪੋਰਟ ਹੋਰ ਕੌਣ ਪ੍ਰੋਵਾਈਡ ਕਰਦਾ, ਉਹਦੀ ਇਨਵੈਸਟੀਗੇਸ਼ਨ ਤੋਂ ਪਤਾ। ਜਿਹੜੇ 3 ਬੰਦੇ ਨੇ ਜਿਹਨਾਂ ਤੋਂ ਸਾਨੂੰ ਕਰੰਸੀ ਨੋਟਸ ਰਿਕਵਰ ਹੋਏ ਸੀ ਇਨਫੋਰਮੇਸ਼ਨ 'ਤੇ, ਇਹਨਾਂ 3 ਬੰਦਿਆਂ ਤੋਂ ਸਾਨੂੰ ਅੱਗੇ ਲੀਡ ਮਿਲੀ ਜਿੱਥੋਂ ਅਸੀਂ ਹਰਿਆਣੇ 'ਚ ਰਿਕਵਰ ਜਾ ਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਿਆ ਅਤੇ ਇਹਨਾਂ ਤੋਂ ਕੰਸਰਨਡ ਆਈਟਮਸ ਨੂੰ ਰਿਕਵਰ ਕਰਿਆ। ਟੋਟਲ ਹੁਣ ਤੱਕ 5 ਬੰਦੇ ਫੜੇ ਗਏ ਨੇ, 3 ਪੰਜਾਬ ਦੇ ਨੇ, 2 ਹਰਿਆਣੇ ਦੇ ਨੇ। ਬਿਲਕੁਲ ਬਰਾਮਦਗੀ ਹੋਊਗੀ ਸਾਨੂੰ, ਲੀਡ ਪਤਾ ਲੱਗੂਗੀ ਵੀ ਇਹ ਕਰੰਸੀ ਨੋਟਸ ਕਿੱਥੇ ਸਪਰੈਡ ਕਰੇ ਨੇ, ਇਹਨਾਂ ਨੂੰ ਇਹ ਟ੍ਰੇਨਿੰਗ ਕਿੱਥੋਂ ਮਿਲੀ ਹੈ ਕਰੰਸੀ ਨੋਟਸ ਬਣਾਉਣ ਦੀ, ਜੇ ਟ੍ਰੇਨਿੰਗ ਇਹਨਾਂ ਨੂੰ ਕਿਸੇ ਜਗ੍ਹਾ ਤੋਂ ਮਿਲੀ ਹੈ ਤਾਂ ਉਹ ਹੋਰ ਵੀ ਇਹਨਾਂ ਨੂੰ ਕਿਸੇ ਨੇ ਦਿੱਤੀ ਹੋਊਗੀ, ਉਹ ਸਾਰੇ ਪਹਿਲੂਆਂ ਦੇ ਉੱਤੇ ਅਸੀਂ ਕੰਮ ਕਰਾਂਗੇ। ਲੱਗਦਾ ਕਿ ਹੋਰ ਵੀ ਬੰਦੇ ਸ਼ਾਮਲ ਹੋ ਸਕਦੇ ਨੇ ਜੀ? ਬਿਲਕੁਲ ਹੋ ਸਕਦੇ ਨੇ ਜੀ, ਇਨਵੈਸਟੀਗੇਸ਼ਨ ਕਰਾਂ। ਜਿਹੜੇ ਪੰਜਾਬ ਵਾਲੇ ਹੈਗੇ ਨੇ ਜੀ, ਉਹ ਹੈਗੇ ਰਾਜ ਸਿੰਘ ਸਨ ਉਹ ਬਲਵੀਰ ਸਿੰਘ, ਇਹ ਲਾਲਾ ਬਸਤੀ ਜਲਾਲਾਬਾਦ ਹੈ। ਦੂਸਰਾ ਮੱਖਣ ਸਿੰਘ ਸਨ ਉਹ ਸਜਵਰ ਸਿੰਘ, ਇਹ ਚੱਕ ਖੀਵਾ ਜਲਾਲਾਬਾਦ। ਤੀਸਰਾ ਫਲਕ ਸਿੰਘ ਸਨ ਉਹ ਕੁੰਦਨ ਸਿੰਘ, ਇਹ ਖੰਨਾ ਵਾਲਾ ਜਲਾਲਾਬਾਦ। ਇਹ ਵੱਖ ਵੱਖ ਏਰੀਆਸ ਤੋਂ 3 ਜਲਾਲਾਬਾਦ ਦੇ ਵਿੱਚੋਂ ਅਰੈਸਟ ਹੋ ਗਏ। ਇਹ ਸੈਪਰੇਟ, ਇਹ ਪਹਿਲਾਂ ਜਦੋਂ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਫੇਕ ਕਰੰਸੀਜ਼ ਦੇ ਨਾਲ, ਉੱਥੋਂ ਲੀਡ ਮਿਲਦੇ, ਬਾਕੀ ਸਾਰੇ ਬੰਦੇ ਅੱਗੇ ਕੋਈ ਯਾਰੀ ਦੋਸਤੀ ਹੈ ਕਿ ਰਿਸ਼ਤੇਦਾਰੀ? ਨਹੀਂ, ਕੋਈ ਯਾਰੀ ਦੋਸਤੀ ਸਿਰਸਾ। ਜਿਹੜੀ ਸ਼ੋਪ ਦੇ ਵਿੱਚ ਪ੍ਰਿੰਟ ਕਰਦੇ ਸੀ ਉਹ ਸਿਰਸਾ ਦੇ ਵਿੱਚ ਪੈਂਦਾ, ਰਾਣੀਆਂ ਪੁਲਿਸ ਸਟੇਸ਼ਨ, ਅਤੇ ਉੱਥੇ ਸੰਦੀਪ ਕੁਮਾਰ ਐਲੀਅਸ ਦੀਪਕ ਸਨ ਆਫ ਸੁਭਾਸ਼, ਇਹ ਉੱਥੇ ਇਹਨਾਂ ਦੀ ਸ਼ੋਪ ਸੀ। ਹਰਿਆਣਾ ਪੁਲਿਸ ਨਾਲ ਵੀ ਟਾਈ ਅਪ ਕੀਤਾ ਜਾ ਰਿਹਾ ਜੀ ਇਸ ਮਾਮਲੇ? ਹਾਂਜੀ, ਹਰਿਆਣਾ ਪੁਲਿਸ ਨਾਲ ਜੁਆਇੰਟ ਆਪਰੇਸ਼ਨ ਚਲਾ ਕੇ